ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਫੱਪੇ ਕੁੱਟਣੀ। ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਬਹੁਤ ਸਾਰੇ ਵਜ਼ੀਰ ਸਨ, ਪਰ ਉਹਨੇ ਆਪਣੇ ਮੁਲਕ ਦੇ ਮਾਮਲਾਤ ਦੇ ਮਸ਼ਵਰੇ ਲਈ ਇੱਕ ਨੇਕ ਇਮਾਨਦਾਰ ਆਦਮੀ ਨੂੰ ਰੱਖਿਆ ਸੀ, ਜਿਹੜਾ ਕਿ ਵਜ਼ੀਰ ਨਹੀਂ ਸੀ, ਪਰ ਬਾਦਸ਼ਾਹ ਉਹਦੇ 'ਤੇ ਪੂਰਾ ਇਤਬਾਰ ਕਰਦਾ ਸੀ। ਕੁਝ ਵਜ਼ੀਰ ਉਹਨੂੰ ਚੰਗਾ ਸਮਝਦੇ ਸਨ, ਪਰ ਇੱਕ ਵਜ਼ੀਰ ਉਹਦੇ ਕੋਲੋਂ ਹਸਦ ਕਰਦਾ ਸੀ। ਇੱਕ ਦਿਨ ਉਹ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੁਸੀਂ ਜਿਹਨੂੰ ਆਪਣਾ ਮਸ਼ੀਰ ਬਣਾਇਆ ਹੈ ਉਹ ਇੱਕ ਮੱਕਾਰ ਅਤੇ ਚਲਾਕ ਸ਼ਖਸ ਹੈ, ਸ਼ਹਿਰ ਦੇ ਲੋਕਾਂ ਵਿੱਚ ਇਹਦੀ ਸ਼ੋਹਰਤ ਚੰਗੀ ਨਹੀਂ, ਇਹਨੇ ਤੁਹਾਨੂੰ ਚੋਪੜੀਆਂ ਚਿਕਨੀਆਂ ਗੱਲਾਂ ਵਿੱਚ ਲਾ ਕੇ ਆਪਣਾ ਇਤਬਾਰ ਬਣਾਇਆ ਅਤੇ ਤੁਸੀਂ ਇਹਨੂੰ ਸਾਡੇ ਤੋਂ ਵੱਡਾ ਅਹੁਦਾ ਦੇ ਦਿੱਤਾ, ਤੁਸੀਂ ਸਾਡੇ ਕੋਲੋਂ ਕਦੀ ਕੋਈ ਮਸ਼ਵਰਾ ਨਹੀਂ ਲਿਆ, ਇਹ ਸ਼ਖਸ ਕਿਸੇ ਦਿਨ ਤੁਹਾਨੂੰ ਇੰਝ ਦਾ ਧੋਖਾ ਦੇਵੇਗਾ ਭਈ ਖੁਦਾ ਨਾ ਖਾਸਤਾ ਤੁਹਾਡੀ ਸਲਤਨਤ ਨੂੰ ਵੀ ਖਤਰਾ ਹੋਵੇਗਾ। ਬਾਦਸ਼ਾਹ ਕਹਿਣ ਲੱਗਾ, ਮੈਂ ਇਸ ਸ਼ਖਸ ਨੂੰ ਚੰਗੀ ਤਰ੍ਹਾਂ ਪਰਖ ਕੇ ਆਪਣੇ ਨੇੜੇ ਜਗ੍ਹਾ ਦਿੱਤੀ ਏ, ਇਹਦੇ ਕਈ ਮਸ਼ਵਰਿਆਂ ਨੇ ਮੇਰੀ ਬਾਦਸ਼ਾਹੀ ਨੂੰ ਫਾਇਦਾ ਦਿੱਤਾ ਏ, ਤੂੰ ਜੇ ਸੱਚਾ ਏ ਤੇ ਆਪਣੇ ਲਾਏ ਹੋਏ ਇਲਜ਼ਾਮ ਸਾਬਤ ਕਰ, ਜੇ ਤੂੰ ਸਾਬਤ ਨਾ ਕਰ ਸਕਿਆ ਤੇ ਮੈਂ ਤੇਰਾ ਸਿਰ ਲਾ ਦਿਆਂਗਾ। ਇਹ ਗੱਲ ਸੁਣ ਕੇ ਵਜ਼ੀਰ ਦਾ ਰੰਗ ਪੀਲਾ ਪੈ ਗਿਆ, ਲੱਤਾਂ ਕੰਬਣ ਲੱਗ ਪਈਆਂ, ਡਿੱਗਦਾ ਢਹਿੰਦਾ ਆਪਣੇ ਘਰ ਗਿਆ। ਬੀਵੀ ਨੇ ਇਸ ਬੇਬਸੀ ਦੀ ਹਕੀਕਤ ਪੁੱਛੀ ਤੇ ਵਜ਼ੀਰ ਕਹਿਣ ਲੱਗਾ, ਨਮਾਜ਼ਾਂ ਬਖਸ਼ਾਉਣ ਗਿਆ ਸਾਂ ਤੇ ਰੋਜ਼ੇ ਵੀ ਪੈ ਗਏ, ਮੈਂ ਤੇ ਸੋਚਿਆ ਸੀ ਬਾਦਸ਼ਾਹ ਮੇਰੀਆਂ ਗੱਲਾਂ ਤੇ ਲੱਗ ਕੇ ਉਹਨੂੰ ਦਰਬਾਰ ਵਿੱਚੋਂ ਕੱਢ ਦੇਗਾ, ਪਰ ਉਲਟਾ ਬਾਦਸ਼ਾਹ ਨੇ ਮੈਨੂੰ ਕਤਲ ਕਰਨ ਦੀ ਧਮਕੀ ਦੇ ਦਿੱਤੀ। ਹੁਣ ਮੈਂ ਉਸ ਮਸ਼ੀਰ ਨੂੰ ਕਿਵੇਂ ਮਕਾਰ ਤੇ ਬੇਈਮਾਨ ਸਾਬਤ ਕਰਾਂ, ਜੇ ਇਹ ਨਾ ਹੋ ਸਕਿਆ ਤੇ ਬਾਦਸ਼ਾਹ ਮੈਨੂੰ ਕਤਲ ਕਰਵਾ ਦੇਗਾ। ਵਜ਼ੀਰ ਦੀ ਬੀਵੀ ਆਖਣ ਲੱਗੀ, ਤੁਸੀਂ ਫਿਕਰ ਨਾ ਕਰੋ, ਮੈਂ ਇੱਕ ਐਸੀ ਫੱਫੇ ਕੁੱਟਣੀ ਨੂੰ ਜਾਣਨੀ ਆ ਜਿਹੜੀ ਤੁਹਾਡੀ ਮਦਦ ਕਰ ਸਕਦੀ ਹੈ। ਵਜ਼ੀਰ ਫੱਫੇ ਕੁੱਟਣੀ ਨੂੰ ਬੁਲਾ ਕੇ ਕੀ ਕਹਿੰਦਾ ਹੈ, ਸਾਦਕ ਪੱਟੀ ਪੇਸ਼ ਕਰਦਾ ਹੈ, ਲਾਲਾ ਜੀ ਰਿਕਾਰਡ ਕਰਦੇ ਨੇ ਅਤੇ ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ। ਸੱਦਿਓ ਨਾ ਫੱਫੇ ਕੁੱਟਣ ਕਰ ਵਜ਼ੀਰ ਦਿਆਈ, ਹੱਥੋਂ ਦੇ ਵਿੱਚ ਖੂੰਡਾ ਉਤੇ ਐਸੀ ਬੁੜੜੀ ਮਾਈ, ਕਹਿੰਦੀ ਮੇਰੇ ਪਾਗ ਨਿਆਰੇ ਆਈ ਵਜ਼ੀਰ ਦੁਆਰੇ, ਜਿਹੜਾ ਦਿੰਦਾ ਮਾੜਿਆਂ ਤਾਈ ਸਾਨੂੰ ਆਪ ਸਹਾਰੇ, ਕੀ ਹੋਇਆ ਜੋ ਤੂਸਾਂ ਮੈਨੂੰ ਇੱਥੇ ਅੱਜ ਬੁਲਾਇਆ, ਪਈ ਵੱਡੀ ਏ ਮੁਸ਼ਕਲ ਮਾਈ ਉਹਨਾਂ ਆਖ ਸੁਣਾਇਆ, ਆਖਣ ਲੱਗੀ ਮੈਂ ਤੇ ਟਾਕੀ ਆਖਣ ਲੱਗੀ ਮੈਂ ਤੇ ਟਾਕੀ ਅਸਮਾਨਾਂ ਤੇ ਲਾਵਾਂ, ਕੰਮ ਕੱਢਾਂ ਮੈਂ ਆਪਣਾ ਜਾ ਕੇ ਫੇਰ ਉਹ ਲਾ ਲਿਆਵਾਂ, ਦੇਵ ਹੁਕਮ ਜੀ ਮੇਰੇ ਤਾਈ ਕੀ ਏ ਮੈਂ ਜੀ ਕਰਨਾ, ਜਾਣ ਵੀ ਮੈਂ ਕੁਰਬਾਨ ਕਰੇ ਸਾਂ ਜੇ ਪਿਆ ਮੈਨੂੰ ਮਰਨਾ,
ਕੈ ਵਜ਼ੀਰ ਜੀ ਮਾਈ ਤਾਈ ਕੁਝ ਨਹੀਂ ਏਦਾਂ ਕਰਨਾ। ਇੱਕ ਮਸ਼ੀਰ ਤੋਂ ਤੰਗ ਮੈਂ ਆਇਆ ਉਹ ਬਦਨਾਮ ਕਰਨਾ। ਆਖਣ ਲੱਗੀ ਗੱਲ ਕੋਈ ਨਹੀਂ ਆਖਣ ਲੱਗੀ ਗੱਲ ਕੋਈ ਨਹੀਂ ਇਹ ਤੇ ਕੰਮ ਛੋਟਾ। ਤੁਰਪੀ ਕਰ ਮਸ਼ੀਰ ਦੇ ਵੱਲੇ ਹੱਥ ਚ ਫੜ ਕੇ ਸੋਟਾ। ਜਾ ਕੇ ਉਹਦੇ ਮਹਿਲ ਦੇ ਅੱਗੇ ਕੁੰਡੀ ਚਾ ਖੜਕਾਈ ਉਹਦੇ ਘਰ ਚੋਂ ਨਿਕਲਿਆ ਯਾਰੋ ਉਹਦਾ ਇੱਕ ਸਿਪਾਹੀ। ਉਹਨੇ ਵੇਖਿਆ ਬਾਹਰ ਖਲੋਤੀ ਇੱਕ ਬੁੜੜੀ ਮਾਈ ਪੁੱਛਿਆ ਉਹਨੂੰ ਦੱਸ ਹਾਂ ਮਾਈ ਕੀ ਕਰ ਇੱਥੇ ਆਈ। ਮੇਰੇ ਸੱਜਣੋ ਜਦੋਂ ਸਿਪਾਹੀ ਨੇ ਉਸ ਫੱਫੇ ਕੁੱਟਣ ਨੂੰ ਪੁੱਛਿਆ ਮਾਈ ਕੀ ਕੰਮ ਹੈ ਤੈਨੂੰ ਤੇ ਕਹਿਣ ਲੱਗੀ ਮੈਂ ਮਸ਼ੀਰ ਦੀ ਜਨਾਨੀ ਨੂੰ ਮਿਲਣਾ ਹੈ। ਸਿਪਾਹੀ ਕਹਿਣ ਲੱਗਾ ਉਹ ਕਿਸੇ ਨੂੰ ਨਹੀਂ ਮਿਲਦੀ ਜਾਂ ਆਪਣਾ ਪੈਂਡਾ ਖੋਟਾ ਨਾ ਕਰ। ਉਹ ਕਹਿਣ ਲੱਗੀ ਮੈਂ ਉਹਨੂੰ ਇੱਕ ਉਹਦੇ ਫਾਇਦੇ ਦੀ ਗੱਲ ਦੱਸਣੀ ਹੈ। ਜਦੋਂ ਸਿਪਾਹੀ ਨੇ ਉਹਨੂੰ ਅੰਦਰ ਨਾ ਵੜਨ ਦਿੱਤਾ ਤੇ ਉਹਨੇ ਆਪਣਾ ਸੋਟਾ ਪਰਾਂ ਸੁੱਟਿਆ ਲੰਮੇ ਪੈ ਕੇ ਤੜਫਣ ਲੱਗ ਪਈ ਉੱਚੀ ਉੱਚੀ ਰੌਲਾ ਪਾਉਣ ਲੱਗ ਪਈ ਤੇ ਕਹਿਣ ਲੱਗੀ ਲੋਕੋ ਵੇਖੋ ਸਿਪਾਹੀ ਮੈਨੂੰ ਬੁੱਢੜੀ ਮਾਈ ਨੂੰ ਮਾਰਦਾ ਪਿਆ ਜੇ ਭੱਜੋ ਮੇਰੀ ਜਾਨ ਬਚਾਓ। ਜਦੋਂ ਲੋਕ ਇਕੱਠੇ ਹੋ ਗਏ ਤੇ ਕਹਿਣ ਲੱਗੀ ਇਹ ਸਿਪਾਹੀ ਨੇ ਮਾਰ ਮਾਰ ਕੇ ਮੇਰੀਆਂ ਬੁੱਢੀਆਂ ਹੱਡੀਆਂ ਤੋੜ ਦਿੱਤੀਆਂ ਨੇ। ਲੋਕ ਸਿਪਾਹੀ ਨੂੰ ਲਾਨ ਤਾਨ ਕਰਨ ਲੱਗ ਪਏ। ਸਿਪਾਹੀ ਕਹਿਣ ਲੱਗਾ ਮਾਰਨਾ ਤੇ ਦੂਰ ਮੈਂ ਇਹਨੂੰ ਹੱਥ ਵੀ ਨਹੀਂ ਲਾਇਆ। ਇਸ ਰੌਲੇ ਦਾ ਜਦੋਂ ਮਸ਼ੀਰ ਦੀ ਬੀਵੀ ਨੂੰ ਪਤਾ ਲੱਗਾ ਤੇ ਉਹ ਕਹਿਣ ਲੱਗੀ ਮਾਈ ਨੂੰ ਅੰਦਰ ਲੈ ਕੇ ਆਓ ਤੇ ਸਿਪਾਹੀ ਨੂੰ ਆਖਿਆ ਅੱਗੇ ਤੋਂ ਕਿਸੇ ਜਨਾਨੀ ਨੂੰ ਹੱਥ ਨਾ ਲਾਈ ਨਹੀਂ ਤਾਂ ਤੈਨੂੰ ਨੌਕਰੀਆਂ ਕੱਢ ਦਿਆਂਗੀ। ਫੱਫੇ ਕੁੱਟਣ ਮਸ਼ੀਰ ਦੀ ਜਨਾਨੀ ਨੂੰ ਕੀ ਕਹਿੰਦੀ ਏ ਸਾਧਕ ਪੱਟੀ ਪੇਸ਼ ਕਰਦਾ। ਮੈਂ ਮਜ਼ਲੂਮ ਗਰੀਬ ਨਮਾਣੀ ਮੈਂ ਮਜ਼ਲੂਮ ਗਰੀਬ ਨਮਾਣੀ ਦਰ ਤੇਰੇ ਤੇ ਆਈ ਕੁੱਤੇ ਵਾਂਗੂ ਪੈ ਗਿਆ ਮੈਨੂੰ ਬੂਵੇ ਵਿੱਚ ਸਿਪਾਹੀ। ਸਦਾ ਨੀ ਵੇਲੇ ਇੱਕ ਜੇ ਰਹਿੰਦੇ ਹੀ ਅਮੀਰ ਗਰੀਬੀ ਅਸੀਂ ਵੀ ਜਦ ਗਰੀਬ ਸੀ ਹੋਏ ਛੱਡ ਗਏ ਸਭ ਗਰੀਬੀ। ਸ਼ੌਰ ਮੇਰਾ ਜਦੋਂ ਦਾ ਮਰਿਆ ਬੱਚੇ ਰੁੱਲ ਗਏ ਮੇਰੇ ਮੰਗਣ ਦੀ ਨੀ ਆਦਤ ਮੈਨੂੰ ਆਈ ਬੂਵੇ ਤੇਰੇ। ਤੇਰਾ ਸ਼ੌਰ ਸਖੀ ਸਦੀਂਦਾ ਇਸੇ ਕਰਕੇ ਆਈ ਅਥਰੂ ਉੱਤੋਂ ਡੇਗਣ ਲੱਗੀ ਮਕਰਾਂ ਵਾਲੀ ਮਾਈ। ਕ
ਕਹਿੰਦੀ ਬੇਗਮ ਕਰ ਨੀ ਹੈਗਾ ਕਹਿੰਦੀ ਬੇਗਮ ਕਰ ਨਹੀਂ ਹੈਗਾ ਮੇਰੇ ਸਿਰ ਦਾ ਸਾਈ ਹੁਣ ਤੂੰ ਤੁਰ ਜਾਏ ਤੂੰ ਮਾਈ ਫਿਰ ਕਦੀ ਤੂੰ ਆਈ ਆਖਣ ਲੱਗੀ ਰੁਕ ਜਾਨੀਆਂ ਆਵੇ ਸ਼ੌਰ ਤੇਰਾ ਰੱਬ ਦੇ ਬਾਜੋ ਦੁਨੀਆਂ ਉੱਤੇ ਕੋਈ ਵੀ ਨਹੀਂ ਓ ਮੇਰਾ ਖਾਲੀ ਹੱਥ ਜੇ ਤੁਰ ਜਾਏ ਤੂੰ ਕੀ ਲੈ ਜਾਵਾਂ ਖਾਣਾ ਖਬਰੇ ਕਿਹੜੇ ਵੇਲੇ ਤੇਰੇ ਸ਼ੌਰ ਕਰ ਨੂੰ ਆਣਾ ਭੁੱਖੇ ਬੈਠੇ ਓਸਨ ਬੀਬੀ ਮੇਰੇ ਬਾਲ ਨਿਆਣੇ ਆਇਆ ਤਰਸ ਜੀ ਬੇਗਮ ਤਾਈ ਕੱਪੜੇ ਵੇਖ ਪੁਰਾਣੇ ਮੇਰੇ ਸੱਜਣੋ ਜਦੋਂ ਫੱਫੇ ਕੁੱਟਣ ਨੇ ਹਾੜੇ ਪਾਏ ਤੇ ਮਸ਼ੀਰ ਦੀ ਬੀਵੀ ਨੂੰ ਤਰਸ ਆ ਗਿਆ ਉਹਨੇ ਉਹ ਕੀਮਤੀ ਚਾਦਰ ਜਿਹੜੀ ਬਾਦਸ਼ਾਹ ਨੇ ਮਸ਼ੀਰ ਨੂੰ ਬਤੌਰ ਇਨਾਮ ਦਿੱਤੀ ਸੀ ਮਾਈ ਨੂੰ ਦੇ ਦਿੱਤੀ ਤੇ ਕਹਿਣ ਲੱਗੀ ਇਹਨੂੰ ਕਈ ਹੀਰੇ ਮੋਤੀ ਲੱਗੇ ਨੇ ਇਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰ ਲਈ ਮਕਾਰ ਮਾਈ ਨੇ ਚਾਦਰ ਫੜੀ ਤੇ ਉੱਥੋਂ ਛੇਤੀ ਛੇਤੀ ਨਿਕਲ ਪਈ ਭਈ ਕਿਧਰੇ ਉਹ ਮਸ਼ੀਰ ਨਾ ਆ ਜਾਏ ਤੇ ਉਹ ਸਿੱਧੀ ਵਜ਼ੀਰ ਦੇ ਘਰ ਗਈ ਜਾ ਕੇ ਉਹ ਚਾਦਰ ਉਹਨੇ ਵਜ਼ੀਰ ਨੂੰ ਦਿੱਤੀ ਤੇ ਨਾਲੇ ਦੱਸਿਆ ਇਹ ਚਾਦਰ ਉਹ ਏ ਜਿਹੜੀ ਬਾਦਸ਼ਾਹ ਨੇ ਆਪਣੇ ਮਸ਼ੀਰ ਨੂੰ ਇਨਾਮ ਦੇ ਤੌਰ 'ਤੇ ਦਿੱਤੀ ਸੀ ਵਜ਼ੀਰ ਚਾਦਰ ਵੇਖ ਕੇ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ ਤੈਨੂੰ ਇਨਾਮ ਬਾਅਦ ਵਿੱਚ ਦਿਆਂਗਾ ਪਹਿਲੋਂ ਮਸ਼ੀਰ ਦਾ ਕਿਰਿਆ ਕਰਮ 'ਤੇ ਕਰਵਾ ਲਵਾਂ ਉਹ ਛੇਤੀ ਨਾਲ ਦਰਬਾਰ ਵਿੱਚ ਜਾ ਕੇ ਬਾਦਸ਼ਾਹ ਨੂੰ ਅਦਬ ਨਾਲ ਸਲਾਮ ਕਰਕੇ ਕਹਿਣ ਲੱਗਾ ਬਾਦਸ਼ਾਹ ਇਹ ਉਸ ਮਸ਼ੀਰ ਦੀ ਬੇਈਮਾਨੀ ਅਤੇ ਚਲਾਕੀ ਦਾ ਪਹਿਲਾ ਸਬੂਤ ਏ ਤੁਹਾਡਾ ਦਿੱਤਾ ਹੋਇਆ ਤੋਹਫ਼ਾ ਉਹਦੀ ਬੀਵੀ ਬਾਜ਼ਾਰ ਵਿੱਚ ਵੇਚ ਰਹੀ ਸੀ ਅਤੇ ਮੈਂ ਵੇਖ ਕੇ ਰਹਿ ਨਹੀਂ ਸਕਿਆ ਕਿ ਮੇਰੇ ਬਾਦਸ਼ਾਹ ਦਾ ਤੋਹਫ਼ਾ ਕਿਸੇ ਐਰੇ ਗਹਿਰੇ ਦੇ ਹੱਥ ਲੱਗੇ ਅਤੇ ਮੈਂ ਉਹਨੂੰ ਖਰੀਦ ਕੇ ਸਿੱਧਾ ਹਜ਼ੂਰ ਦੇ ਕੋਲ ਲੈ ਆਇਆ ਵਾਂ ਇੰਨੀ ਗੱਲ ਕਰਕੇ ਵਜ਼ੀਰ ਉੱਥੋਂ ਚਲਾ ਗਿਆ ਬਾਦਸ਼ਾਹ ਨੂੰ ਮਸ਼ੀਰ 'ਤੇ ਬੜਾ ਗੁੱਸਾ ਆਇਆ ਬਾਦਸ਼ਾਹ ਸਿਪਾਹੀਆਂ ਨੂੰ ਕਹਿਣ ਲੱਗਾ ਜਾਓ ਉਹਨੂੰ ਬੁਲਾ ਕੇ ਲਿਆਓ ਸਿਪਾਹੀ ਉਹਨੂੰ ਬੁਲਾ ਕੇ ਲਿਆਉਂਦੇ ਨੇ ਅਤੇ ਫਿਰ ਕੀ ਹੁੰਦਾ ਹੈ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਧਕ ਪੱਟੀ ਬਾਗ ਮੋੜ ਵਾਲੇ ਬਾਦਸ਼ਾਹ ਹੁਕਮ ਸੁਣਾਵਣ ਲੱਗਾ ਬਾਦਸ਼ਾਹ ਹੁਕਮ ਸੁਣਾ ਮੰਨ ਲੱਗਾ ਸਦੋ ਉਸ ਮਸ਼ੀਰ ਬਾਕੀ ਉੱਥੇ ਸਾਰੇ ਬੈਠੇ ਬਈ ਦਰਬਾਰ ਵਜ਼ੀਰ ਆਇਆ ਜਦ ਮਸ਼ੀਰ ਤੇ ਸ਼ਾਸੀ ਵਿੱਚ ਗੁੱਸੇ ਦੇ ਆਇਆ ਤੈਨੂੰ ਸਮਝਿਆ ਚੰਗਾ ਤਾਈਓ ਹੀ ਆਪਣੇ ਕੋਲ ਬਿਠਾਇਆ ਦਿੱਤੇ ਮੇਰੇ ਤੋਹਫੇ ਦਾ ਤੂੰ ਦਿੱਤੇ ਮੇਰੇ ਤੋਹਫੇ ਦਾ ਤੂੰ
ਕਦਰ ਜ਼ਰਾ ਨਹੀਂ ਪਾਇਆ। ਤੂੰ ਕਾਰ ਚਲਾਕ ਜੀ ਬੰਦਾ ਬਾਦਸ਼ਾਹ ਆਖ ਸੁਣਾਇਆ। ਕਹਿ ਜਲਾਦ ਨੂੰ ਲੈ ਜਾ ਇਹਨੂੰ ਫਾਂਸੀ ਜਾ ਕੇ ਲਾ ਦੇ। ਕੁੱਟ ਕੁੱਟ ਕੇ ਹੱਡੀਆਂ ਇਹਦੀਆਂ ਸੁਰਮਾ ਖੂਬ ਬਣਾ ਦੇ। ਕੁੱਟ ਕੁੱਟ ਕੇ ਹੱਡੀਆਂ ਇਹਦੀਆਂ ਸੁਰਮਾ ਖੂਬ ਬਣਾ ਦੇ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਜਦੋਂ ਜਲਾਦ ਮਸ਼ੀਰ ਨੂੰ ਨਾਲ ਲੈ ਕੇ ਦਰਬਾਰ ਵਿੱਚੋਂ ਨਿਕਲਿਆ ਤੇ ਕਹਿਣ ਲੱਗਾ, ਜਨਾਬ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਨਾ ਵਾਂ, ਉਸ ਵਜ਼ੀਰ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਏ, ਜਦੋਂ ਤੱਕ ਅਸਲ ਗੱਲ ਸਾਹਮਣੇ ਨਹੀਂ ਆਉਂਦੀ ਮੈਂ ਤੁਹਾਨੂੰ ਨਹੀਂ ਮਾਰਾਂਗਾ, ਤੁਸੀਂ ਮੇਰੇ ਘਰ ਚੱਲੋ। ਇਧਰੋਂ ਮਸ਼ੀਰ ਦੀ ਜਨਾਨੀ ਨੂੰ ਪਤਾ ਲੱਗਾ ਤੇ ਉਹ ਨਕਾਬ ਕਰਕੇ ਬਾਦਸ਼ਾਹ ਦੇ ਦਰਬਾਰ ਵਿੱਚ ਚਲੀ ਗਈ ਤੇ ਜਾ ਕੇ ਉਹਨੇ ਰੌਲਾ ਪਾ ਦਿੱਤਾ, ਬਾਦਸ਼ਾਹ ਇਨਸਾਫ਼ ਇਨਸਾਫ਼ ਇਨਸਾਫ਼। ਬਾਦਸ਼ਾਹ ਨੇ ਪੁੱਛਿਆ, ਤੂੰ ਕੌਣ ਏ ਤੇ ਤੇਰੇ ਤੇ ਕੀ ਜ਼ੁਲਮ ਹੋਇਆ ਹੈ? ਉਹ ਕਹਿਣ ਲੱਗੀ, ਮੈਂ ਇਸ ਵਜ਼ੀਰ ਦੀ ਬੀਵੀ ਹਾਂ, 15 ਸਾਲਾਂ ਤੋਂ ਇਹਨੇ ਮੇਰੇ ਨਾਲ ਨਿਕਾਹ ਕੀਤਾ ਹੈ ਅਤੇ ਮੈਨੂੰ ਇਹ ਕਿਰਾਏ ਦੇ ਮਕਾਨ ਵਿੱਚ ਰੱਖਿਆ ਹੈ, ਨਾ ਇਹ ਮੇਰਾ ਖਰਚਾ ਦਿੰਦਾ ਹੈ ਅਤੇ ਹੁਣ ਤਾਂ ਮੈਨੂੰ ਮਾਰਦਾ ਕੁੱਟਦਾ ਵੀ ਹੈ। ਬਾਦਸ਼ਾਹ ਵਜ਼ੀਰ ਨੂੰ ਪੁੱਛਣ ਲੱਗਾ, ਕਿਉਂ ਵਜ਼ੀਰ ਇਹ ਸੱਚ ਕਹਿੰਦੀ ਹੈ? ਵਜ਼ੀਰ ਕਹਿਣ ਲੱਗਾ, ਇਹ ਝੂਠ ਬੋਲਦੀ ਹੈ, ਮੈਂ ਅੱਜ ਤੋਂ ਪਹਿਲਾਂ ਨਾ ਇਹਨੂੰ ਵੇਖਿਆ ਅਤੇ ਨਾ ਮਿਲਿਆ ਵਾਂ। ਔਰਤ ਕਹਿਣ ਲੱਗੀ, ਬਾਦਸ਼ਾਹ ਸਲਾਮਤ, ਇਹਨੂੰ ਕਹੋ ਜੋ ਇਹ ਕਹਿੰਦਾ ਪਿਆ ਹੈ ਉਹ ਲਿਖ ਕੇ ਦੇਵੇ, ਫਿਰ ਮੈਂ ਇਹਦਾ ਝੂਠ ਸਾਬਤ ਕਰਾਂਗੀ। ਬਾਦਸ਼ਾਹ ਵਜ਼ੀਰ ਨੂੰ ਕਹਿੰਦਾ, ਲਿਖ ਕੇ ਦੇ ਜੋ ਤੂੰ ਕਹਿਣ ਡਿਆ। ਵਜ਼ੀਰ ਨੇ ਲਿਖ ਕੇ ਦੇ ਦਿੱਤਾ ਤੇ ਔਰਤ ਨੇ ਆਪਣੇ ਚਿਹਰੇ ਤੋਂ ਪਰਦਾ ਲਾ ਕੇ ਵਿਖਾਇਆ ਤੇ ਕਹਿਣ ਲੱਗੀ, ਬਾਦਸ਼ਾਹ ਸਲਾਮਤ, ਇਹ ਠੀਕ ਕਹਿੰਦਾ ਹੈ, ਮੈਂ ਇਸ ਬਦ ਕਰਦਾਰ ਦੀ ਬੀਵੀ ਨਹੀਂ ਹੋ ਸਕਦੀ, ਮੈਂ ਤੁਹਾਡੇ ਮਸ਼ੀਰ ਦੀ ਬੀਵੀ ਹਾਂ, ਇਹਨੇ ਮੇਰੇ 'ਤੇ ਇਲਜ਼ਾਮ ਲਾਇਆ ਹੈ ਕਿ ਇਹਨੇ ਚਾਦਰ ਮੇਰੇ ਕੋਲੋਂ ਖਰੀਦੀ ਹੈ, ਜਦੋਂ ਕਿ ਇਹ ਲਿਖ ਕੇ ਦੇ ਚੁੱਕਿਆ ਹੈ ਕਿ ਨਾ ਤਾਂ ਅੱਜ ਤੋਂ ਪਹਿਲਾਂ ਇਹ ਮੈਨੂੰ ਮਿਲਿਆ ਹੈ ਅਤੇ ਨਾ ਇਹਨੇ ਮੈਨੂੰ ਵੇਖਿਆ ਹੈ। ਅਸਲ ਹਕੀਕਤ ਇਹ ਵੀ ਮੈਂ ਇੱਕ ਫਕੀਰਨੀ ਮੰਗਣ ਵਾਲੀ ਨੂੰ ਇਹ ਚਾਦਰ ਦਿੱਤੀ ਸੀ ਅਤੇ ਇਹਨੇ ਉਹਦੇ ਕੋਲੋਂ ਲੈ ਕੇ ਤੁਹਾਡੇ ਹਜ਼ੂਰ ਪੇਸ਼ ਕੀਤੀ। ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ ਅਤੇ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਸੱਚੀ ਸੱਚੀ ਗੱਲ ਦੱਸ। ਉਹਨੇ ਆਖਿਆ, ਜੀ ਇੱਕ ਫੱਫੇ ਕੁੱਟਣੀ ਔਰਤ ਦੀ ਮੈਂ ਮਦਦ ਲਈ ਸੀ, ਉਹ ਇਹਦੇ ਘਰੋਂ ਚਾਦਰ ਲੈ ਕੇ ਆਈ ਅਤੇ ਮੈਂ ਮਸ਼ੀਰ ਨੂੰ ਬਦਨਾਮ ਕਰਨ ਵਾਸਤੇ, ਝੂਠਾ ਅਤੇ ਮਕਾਰ ਸਾਬਤ ਕਰਨ ਵਾਸਤੇ ਇਹ ਚਾਦਰ ਤੁਹਾਨੂੰ ਪੇਸ਼ ਕੀਤੀ, ਮੈਨੂੰ ਮਾਫ਼ੀ ਦੇ ਦਿਓ। ਉਹ ਮਸ਼ੀਰ ਦੀ ਬੀਵੀ ਦੇ ਪੈਰਾਂ 'ਤੇ ਡਿੱਗ ਪਿਆ ਅਤੇ ਕਹਿਣ ਲੱਗਾ, ਮੈਨੂੰ ਬਾਦਸ਼ਾਹ ਸਲਾਮਤ ਕੋਲੋਂ ਮਾਫ਼ੀ ਦਵਾ ਦਿਓ। ਪਰ ਬਾਦਸ਼ਾਹ ਨੇ ਕਿਹਾ, ਪਹਿਲਾਂ ਉਸ ਫੱਫੇ ਕੁੱਟਣੀ ਨੂੰ ਲੈ ਕੇ ਆਓ। ਸਿਪਾਹੀ ਗਏ ਅਤੇ ਫੱਫੇ ਕੁੱਟਣੀ ਨੂੰ ਲੈ ਆਏ। ਬਾਦਸ਼ਾਹ ਨੇ ਕਿਹਾ, ਲੱਕ ਲੱਕ ਟੋਇਆ ਕੱਢ ਕੇ ਫੱਫੇ ਕੁੱਟਣੀ ਨੂੰ ਨੱਪ ਦਿਓ ਅਤੇ ਇਹਦੇ 'ਤੇ ਦਹੀਂ ਪਾ ਕੇ ਕੁੱਤੇ ਛੱਡ ਦਿਓ। ਜਦੋਂ ਕੁੱਤਿਆਂ ਨੇ ਫੱਫੇ ਕੁੱਟਣ ਚੀਰ ਪਾੜ ਦਿੱਤੀ ਅਤੇ ਬਾਦਸ਼ਾਹ ਨੇ ਹੁਕਮ ਦਿੱਤਾ, ਇਸ ਵਜ਼ੀਰ ਨੂੰ ਲਿਜਾ ਕੇ ਫਾਂਸੀ ਦੇ ਤਖ਼ਤੇ 'ਤੇ ਚੜ੍ਹਾ ਦਿਓ। ਜਲਾਦ ਉਹਨੂੰ ਲੈ ਗਏ ਅਤੇ ਉਹਨੂੰ ਫਾਂਸੀ ਲਾ ਦਿੱਤੀ। ਬਾਦਸ਼ਾਹ ਕਹਿਣ ਲੱਗਾ, ਮਸ਼ੀਰ 'ਤੇ ਧੋਖੇ 'ਚ ਹੀ ਮਾਰਿਆ ਗਿਆ। ਜਲਾਦ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੈਂ ਜਾਣਦਾ ਸਾਂ ਅਸਲ ਹਕੀਕਤ ਕੁਝ ਹੋਰ ਏ, ਇਸ ਵਾਸਤੇ ਹਜੇ ਤੱਕ ਮੈਂ ਉਹਨੂੰ ਫਾਏ ਨਹੀਂ ਲਾਇਆ। ਬਾਦਸ਼ਾਹ ਖੁਸ਼ ਹੋਇਆ ਅਤੇ ਕਹਿਣ ਲੱਗਾ, ਜਾ ਉਹਨੂੰ ਲੈ ਕੇ ਆ। ਜਦੋਂ ਮਸ਼ੀਰ ਨੂੰ ਜਲਾਦ ਲੈ ਕੇ ਆਇਆ, ਬਾਦਸ਼ਾਹ ਨੇ ਜਲਾਦ ਨੂੰ ਇਨਾਮ ਕਨਾਮ ਦਿੱਤਾ ਵੀ ਤੇਰੀ ਅਕਲਮੰਦੀ ਨੇ ਇਹਦੀ ਜਾਨ ਬਚਾ ਲਈ ਹੈ, ਅਤੇ ਮਸ਼ੀਰ ਨੂੰ ਇੱਕ ਆਲਾ ਵਜ਼ੀਰ ਦਾ ਅਹੁਦਾ ਦੇ ਕੇ ਆਪਣੇ ਨਾਲ ਰੱਖਿਆ। ਇਹ ਸੀ ਮੇਰੇ ਸੱਜਣੋ ਸਾਡੀ ਅੱਜ ਦੀ ਦਾਸਤਾਨ। ਇਹਦੇ ਨਾਲ ਹੀ ਜੀ ਐਸ ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਅਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ
ਸਾਧਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬਿੱਲ ਅੱਲਾ ਬਿੱਲ ਅੱਲਾ ਬਿੱਲ।